ਪਰ ਗੁਰੂ ਨਾਨਕ ਨੇ ਇੱਕ ਔਸ਼ਧੀ ਦੱਸੀ ਹੈ ਇਸ ਦਵਾਈ ਨਾਲ ਰੋਗ ਸਾਰੇ ਮਿਟ ਸਕਦੇ ਹਨ ਮਨੁੱਖ ਸਵਸਥ ਹੋ ਸਕਦਾ ਹੈ ਕੀ ਹੈ ਉਹ ਔਸ਼ਧੀ ਸਰਬ ਰੋਗ ਕਾ ਔਖਦ ਨਾਮ ਸੰਸਾਰ ਰੋਗੀ ਨਾਮਦਾਰੂ ਮਹਿਲ ਲਾਗੇ ਸੱਚ ਬਿਨਾ ਬਹੁਤ ਯਤਨ ਕੀਤੇ ਨੇ ਬਹੁਤ ਉਪਾਅ ਕੀਤੇ ਨੇ ਰੋਗ ਦੂਰ ਨਹੀਂ ਹੋਏ ਤੋ ਸਤਿਗੁਰ ਫਰਮਾਉਂਦੇ ਨੇ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖ ਦਲਾਏ ਹੁਣ ਬੁਥੇਰੀਆਂ ਔਸ਼ਧੀਆਂ ਤੂੰ ਖਾ ਲਈਆਂ ਨੇ ਹਰੀ ਨਾਮ ਦੀ ਔਸ਼ਧੀ ਖਾ ਪਰਮਾਤਮਾ ਦਾ ਨਾਮ ਜਪਣਾ ਇੱਕ دارو ਹੈ ਪਰਮਾਤਮਾ ਦਾ ਨਾਮ ਜਪਣਾ ਇੱਕ ਔਸ਼ਧੀ ਹੈ ਐਸੀ ਔਸ਼ਧੀ ਜੋ ਸਰੀਰ ਦੇ ਚੋਂ ਸਾਰੇ ਰੋਗਾਂ ਨੂੰ ਕੱਢ ਦਿੰਦੀ ਏ ਅਗਰ ਵਾਕਈ ਜਪਦਿਆਂ ਵੀ ਸਰੀਰ ਰੋਗੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ ਜਪ ਦੇ ਚ ਕੋਈ ਕਮੀ ਹੋਵੇਗੀ ਦਵਾਈ ਖਾਦੀ ਹੋਵੇਗੀ ਪਰ ਇਹ ਜ ਨਹੀਂ ਰੱਖਿਆ ਹੋਵੇਗਾ ਇਹ ਦਵਾਈ ਸਿਰਫ ਮੂੰਹ ਦੇ ਚ ਹੀ ਰਖ ਲਈ ਹੋਵੇਗੀ ਥੱਲੇ ਨਹੀਂ ਗਈ ਹੋਵੇਗੀ ਅਗਰ ਇਹ ਔਸ਼ਧੀ ਵਾਕਈ ਹਿਰਦੇ ਤੱਕ ਪਹੁੰਚ ਜਾਏ ਤਾਂ ਤਨ ਦੇ ਚੋਂ ਸਾਰੇ ਰੋਗ ਕੱਢ ਦਿੰਦੀ ਏ ਨਾਮ دارو ਹੈ ਨਾਮ ਔਸ਼ਧੀ ਹੈ ਨਾਮ ਵੈਦ ਹੈ ਨਾਮ ਇੱਕ ਮਹਾਨ ਇਲਾਜ ਦੀ ਪદ્ધਤੀ ਹੈ ਕਾਸ਼ ਦੁਨੀਆ ਇਸ ਨੂੰ ਸਮਝੇ ਔਰ ਪ੍ਰਭਾਵਿਤ ਹੋਵੇ ਤਾਂ ਮੈਡੀਕਲ ਸਾਇੰਸ ਅੱਜ ਝੁਕ ਸਕਦੀ ਹੈ ਔਰ ਇਹ ਝੁਕੇ ਹੋਏ ਵੀ ਨੇ ਕਿਉਂਕਿ ਐਲਾਨੀਆਂ ਕਹਿ ਰਹੇ ਨੇ ਸਾਰੇ ਰੋਗ ਸੜੇ ਕਾਬੂ ਦੇ ਚ ਨਹੀਂ ਪਰ ਸਾਰੇ ਰੋਗ ਨਾਮ ਦੇ ਕਾਬੂ ਦੇ ਜ਼ਰੂਰ ਨੇ ਨਾਮ ਸਾਰੇ ਰੋਗਾਂ ਨੂੰ ਕੱਟਣ ਦੇ ਵਿੱਚ ਸਮਰਥ ਹੈ ਔਰ ਇਹ ਸਮਰਥਾ ਬਕ